ਅਜੀਤ ਵੈੱਬ ਟੀ ਵੀ 'ਤੇ ਤੁਹਾਡਾ ਸਵਾਗਤ ਹੈ ਜੀ। ਮੈਂ ਇਲੈਕਟਰ ਤੋਂ ਸੁਖਿੰਦਰ ਸਿੰਘ ਢਿੱਡੇ। ਅਸੀਂ ਸਮੂਹ ਸੰਗਤਾਂ ਨੂੰ ਵਿਸਾਖੀ ਦੀਆਂ ਲੱਖ ਮੁਬਾਰਕਾਂ ਦਿੰਦੇ ਹਾਂ ਜੀ। ਜਿਵੇਂ ਕਿ ਤੁਹਾਨੂੰ ਪਤਾ ਹੈ, ਕਰੋਨਾ ਵਾਇਰਸ ਦਾ ਕਰਕੇ ਜਿਹੜੇ ਸਭਨਾਂ ਥਾਵਾਂ 'ਤੇ ਦੇਸ਼ਾਂ ਵਿਦੇਸ਼ਾਂ 'ਚ ਇਹ ਜਿਹੜੇ ਸਮਾਗਮ ਰੱਦ ਕੀਤੇ ਗਏ ਆ, ਅਤੇ ਹਰੇਕ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਜਿਹੜੇ ਧਾਰਮਿਕ ਆਗੂ ਆ ਉਹਨਾਂ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਜਾ ਰਹੀ ਆ ਕਿ ਇਹ ਜਿਹੜਾ ਖਾਲਸੇ ਦਾ ਜਨਮ ਦਿਹਾੜਾ ਆ, ਇਹਦੇ ਜਿਹੜੇ ਸਮਾਗਮ ਜਾਂ ਇਹਦੀਆਂ ਜਿਹੜੀਆਂ ਖੁਸ਼ੀਆਂ ਉਹ ਘਰ ਬੈਠ ਕੇ ਹੀ ਮਨਾਈ ਜਾਣ, ਅਤੇ ਗੁਰੂ ਘਰਾਂ ਤੋਂ ਜਿਹੜਾ ਲਾਈਵ ਜਿਹੜਾ ਪ੍ਰੋਗਰਾਮ ਚੱਲਣੇ ਉਹਨਾਂ ਨਾਲ ਜੁੜਿਆ ਜਾਵੇ। ਅੱਜ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਜੀ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਲੈਕਟਰ ਦੇ ਪ੍ਰਧਾਨ ਸਰਦਾਰ ਰਾਜਮਨਿੰਦਰ ਸਿੰਘ ਕੰਗ। ਅਸੀਂ ਉਹਨਾਂ ਨਾਲ ਗੱਲਬਾਤ ਕਰਦੇ, ਉਹਨਾਂ ਨੂੰ ਪੁੱਛਦਾ ਕਿ ਇਸ ਗੁਰੂ ਘਰ ਵੱਲੋਂ ਕਿਹੜੀਆਂ ਕਿਹੜੀਆਂ ਜਿਹੜੀਆਂ ਹਦਾਇਤਾਂ ਸੰਗਤਾਂ ਨੂੰ ਕੀਤੀਆਂ ਜਾ ਰਹੀਆਂ। ਸਭ ਤੋਂ ਪਹਿਲਾਂ ਜੀ ਕੰਗ ਸਾਹਿਬ, ਤੁਹਾਡਾ ਸਵਾਗਤ ਹੈ ਜੀ ਅਜੀਤ ਵੈੱਬ ਟੀਵੀ 'ਤੇ। ਬਹੁਤ ਬਹੁਤ ਧੰਨਵਾਦ ਸਰਦਾਰ ਸੁਖਿੰਦਰ ਸਿੰਘ ਜੀ ਅਤੇ ਅਜੀਤ ਦੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ। ਕੰਗ ਸਾਹਿਬ, ਤੁਸੀਂ ਦੱਸੋ ਜੀ, ਜਿਹੜੀ ਆ ਔਖੀ ਘੜੀ ਚੱਲ ਰਹੀ ਆ ਕਰੋਨਾ ਵਾਇਰਸ ਦੀ, ਦੁਨੀਆ ਭਰ 'ਚ ਜਿਹੜਾ ਮੌਤਾਂ ਦੀ ਗਿਣਤੀ ਬਹੁਤ ਵੱਧਦੀ ਜਾ ਰਹੀ ਆ, ਆਪਣੇ ਇੰਗਲੈਂਡ ਯੂਕੇ 'ਚ ਵੀ ਜਿਹੜੀ ਆ ਦਿਨੋਂ ਦਿਨ ਜਿਹੜੀ ਮੌਤਾਂ ਦੀ ਗਿਣਤੀ ਇਸ ਬਿਮਾਰੀ ਨਾਲ ਜਿਹੜੀ ਵੱਧ ਰਹੀ ਆ, ਜਿਹੜੇ ਗੁਰੂ ਘਰ 'ਚ ਸਮਾਗਮ ਕੀਤੇ ਜਾ ਰਹੇ ਆ ਉਹਨਾਂ ਬਾਰੇ ਵਿਸਥਾਰ ਸਾਹਿਬ ਦੱਸੋ ਕਿ ਤੁਸੀਂ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿਹੜੇ ਕੱਲ੍ਹ ਨੂੰ ਦਿਹਾੜਾ ਆ ਵਿਸਾਖੀ ਦਾ। ਸੁਖਿੰਦਰ ਸਿੰਘ ਜੀ, ਜੋ ਅੱਜ ਸੰਸਾਰ ਦੇ ਵਿੱਚ ਸਮੁੱਚੀ ਲੁਕਾਈ 'ਤੇ ਜਿਹੜਾ ਕਰੋਨਾ ਵਾਇਰਸ ਦੀ ਜਿਹੜੀ ਮਾਰ ਪੈ ਰਹੀ ਆ, ਉਸ ਨੂੰ ਮੱਦੇਨਜ਼ਰ ਰੱਖਦਿਆਂ ਜਾਂ ਗੌਰਮੈਂਟ ਦੀਆਂ ਹਦਾਇਤਾਂ ਅਨੁਸਾਰ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਆਪਾਂ ਪਿਛਲੇ ਸਮੇਂ ਦੇ ਵਿੱਚ ਹੀ ਬੰਦ ਕਰ ਦਿੱਤਾ ਸੀ। ਸੰਗਤਾਂ ਦੀ ਸਹੂਲਤ ਵਾਸਤੇ ਇੱਥੋਂ ਲਾਈਵ ਸਵੇਰੇ ਸ਼ਾਮ ਦੇ ਨਿਤਨੇਮ ਕੀਤੇ ਜਾਂਦੇ ਹਨ, ਅਤੇ ਦੂਸਰੇ ਨਾਲ ਗੱਲ ਇਹ ਹੈ ਕਿ ਜਿਨ੍ਹਾਂ ਬਜ਼ੁਰਗਾਂ ਮਾਤਾਵਾਂ ਨੂੰ ਬਜ਼ੁਰਗਾਂ ਸਾਡਿਆਂ ਨੂੰ ਲੰਗਰ ਦੀ ਜ਼ਰੂਰਤ ਸੀ, ਉਹ ਨਿਰੰਤਰ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਤੋਂ ਜਾਰੀ ਹਨ। ਲੰਗਰ ਦਾ ਜੋ ਵੀ ਸਿਸਟਮ ਲੋਕਲ ਕੌਂਸਲ ਦੇ ਨਾਲ ਜਾਂ ਇੱਥੋਂ ਦੇ ਲੋਕਲ ਪੁਲਿਸ ਦੇ ਨਾਲ ਰਲ ਕੇ ਆਪਾਂ ਲੰਗਰ ਦੀਆਂ ਸੇਵਾਵਾਂ ਜਿਹੜੀਆਂ ਚੱਲ ਰਹੀਆਂ ਹਨ। ਸੰਗਤ ਵਾਸਤੇ ਗੁਰੂ ਘਰ ਅਜੇ ਸਟਿਲ ਬੰਦ ਹੈ। ਵਿਸਾਖੀ ਦਾ ਜੋ ਵਿਸ਼ੇਸ਼ ਦਿਹਾੜਾ ਹੈ, ਗੁਰੂ ਮਹਾਰਾਜ ਜੀ ਦੇ ਪ੍ਰਥਾਏ ਭਗਤ ਨੰਦ ਲਾਲ ਜੀ ਆਖਦੇ ਨੇ, ਮੁਕਬਲੋ ਮਕਬੂਲ ਗੁਰਗੋਬਿੰਦ ਸਿੰਘ, ਵਾਸਲੋ ਮਹਸੂਲ ਗੁਰਗੋਬਿੰਦ ਸਿੰਘ, ਸ਼ਾਹੇ ਸ਼ਹਿਨ ਸ਼ਾਹ ਗੁਰਗੋਬਿੰਦ ਸਿੰਘ। ਸੱਚੇ ਪਾਤਸ਼ਾਹ ਜੀ ਨੇ 1699 ਤੋਂ ਲੈ ਕੇ ਅੱਜ ਤੱਕ ਮੇਰਾ ਖਿਆਲ ਹੈ ਕਿ ਕੋਈ ਇਹੋ ਜਿਹੀ ਅਸੀਂ ਕਿਸੇ ਬਿਮਾਰੀ ਦਾ ਸਾਹਮਣਾ ਨਹੀਂ ਕੀਤਾ 300 ਸਾਲ ਦੇ ਦੌਰਾਨ ਜਿੱਥੇ ਸਾਨੂੰ ਮੁਕੰਮਲ ਤੌਰ 'ਤੇ ਇਹਨਾਂ ਗੁਰੂ ਘਰਾਂ ਨੂੰ ਬੰਦ ਕਰਨਾ ਪਿਆ ਹੋਵੇ। ਗਾਹੇ ਬਗਾਹੇ ਸਿੱਖਾਂ ਨੇ ਜੇ ਕਿਤੇ ਮਾੜੇ ਤੋਂ ਮਾੜੇ ਦਿਨਾਂ ਦੇ ਵਿੱਚ ਵੀ ਸਵੇਰ ਨੂੰ ਨਹੀਂ ਤਾਂ ਸ਼ਾਮ ਨੂੰ ਸਿੱਖ ਸੰਗਤ ਜੁੜਦੀ ਰਹੀ ਹੈ, ਪਰ ਜੋ ਕੁਛ ਅੱਜ ਸਮੇਂ ਦੀ ਨਜ਼ਾਕਤ ਹੈ ਉਹ ਇਹ ਹੈ ਕਿ ਗੁਰਦੁਆਰਾ ਸਾਹਿਬ ਸਾਨੂੰ ਬੰਦ ਕਰਨੇ ਪਏ। ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਲਾਹ ਦੇ ਨਾਲ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਗਏ ਹਨ, ਜਿਸ ਦੇ ਭੋਗ ਕੱਲ੍ਹ ਪੈਣਗੇ। ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਤੁਹਾਡੀ ਹਿਫਾਜ਼ਤ ਦੇ ਲਈ ਇਹ ਸਾਰਾ ਕੁਛ ਹੋ ਰਿਹਾ ਹੈ, ਤੁਸੀਂ ਆਪਣੇ ਘਰਾਂ ਵਿੱਚ ਬੈਠ ਕੇ ਹੀ ਗੁਰਬਾਣੀ ਸਰਵਣ ਕਰੋ, ਆਪਣੇ ਬੱਚਿਆਂ ਅਤੇ ਬਜ਼ੁਰਗਾਂ ਦਾ ਖਿਆਲ ਰੱਖੋ। ਕੋਈ ਵੀ ਜਿਹੜੇ ਆਪਣੇ ਹੱਥ ਵਿੱਚ ਜਿਹੜੇ ਅਧਿਕਾਰ ਆ ਹੱਥ ਵਿੱਚ ਲੈਣ ਦੀ ਕੋਸ਼ਿਸ਼ ਨਾ ਕਰੋ ਕਿ ਤੁਹਾਨੂੰ ਤੰਗ ਕਰ ਰਹੇ ਹੈ। ਇਹ ਤੰਗੀ ਨਹੀਂ ਹੈ, ਇਹ ਤੁਹਾਡੀ ਜਾਨ ਦੇ ਲਈ ਜਾਨਲੇਵਾ ਹੋ ਸਕਦੀ ਹੈ। ਜਿਹੜਾ ਛੋਟਾ ਜਿਹਾ ਕੋਈ ਵੀ ਕਦਮ ਆ ਜਿਸ ਦੇ ਨਾਲ ਆਮ ਪਬਲਿਕ ਦੇ ਲਈ ਨੁਕਸਾਨ ਹੋਵੇ, ਅਸੀਂ ਉਹ ਚੱਕਣ ਤੋਂ ਗਰੇਜ਼ ਕਰੀਏ। ਹਾਂਜੀ, ਕੱਲ੍ਹ ਜਿਹੜੇ ਸਮਾਗਮ ਕੀਤੇ ਜਾ ਰਹੇ ਉਹਨਾਂ ਦਾ ਲਾਈਵ ਜਿਹੜਾ ਤੁਸੀਂ ਘਰਾਂ ਤੱਕ ਜਾਂ ਰੇਡੀਓ ਕੋਈ ਇੱਦਾਂ ਸਾਧਨ ਕੀਤਾ ਗਿਆ ਜਿੰਨਾ ਲਾਈਵ ਸੰਗਤਾਂ ਤੱਕ ਪਹੁੰਚੇ ਜਿਹੜੇ ਸਮਾਗਮ ਦੀ ਆਵਾਜ਼? ਲੋਕਲ ਰੇਡੀਓ ਸਟੇਸ਼ਨ 97.3 FM ਕੋਹਿਨੂਰ ਰੇਡੀਓ ਹੈ, ਉਹਨਾਂ ਨਾਲ ਵੀ ਸਟਾਫ ਨਾਲ ਗੱਲ ਕੀਤੀ ਗਈ ਹੈ। ਸਵੇਰ ਨੂੰ ਅਰਲੀ ਮੋਰਨਿੰਗ ਉਹ ਸਟਾਰਟ ਕਰ ਦੇਣਗੇ। ਨਾਲ ਦੀ ਨਾਲ ਚੈਨਲ ਪੰਜਾਬ ਸਾਡੇ ਕੁਲਵੰਤ ਸਿੰਘ ਜੀ ਸਾਡੀ ਟੀਮ ਦੇ ਮੈਂਬਰ ਹਨ, ਉਹਨਾਂ ਵੱਲੋਂ ਪ੍ਰਬੰਧ ਕੀਤਾ ਗਿਆ ਹੈ। ਪਿਛਲੇ ਸਮੇਂ ਤੋਂ ਹੀ ਅਸੀਂ ਸਹਿਜ ਪਾਠ ਪ੍ਰਾਰੰਭ ਕਰ ਦਿੱਤੇ ਸਨ ਅਤੇ ਕੱਲ੍ਹ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਆ, ਜਿਨ੍ਹਾਂ ਦੇ ਕੱਲ੍ਹ ਨੂੰ ਆਉਣ ਵਾਲੇ ਕੱਲ੍ਹ ਨੂੰ ਭੋਗ ਪੈਣਗੇ। ਅਤੇ ਅਸੀਂ ਬੇਨਤੀ ਕਰਦੇ ਹਾਂ ਕਿ ਸੰਗਤ ਜਿਹੜੀ ਨਿਸ਼ਾਨ ਸਾਹਿਬ ਦੀ ਸੇਵਾ ਉਹ ਛੋਟੇ ਨਿਸ਼ਾਨ ਸਾਹਿਬ ਚੜ੍ਹਾਏ ਜਾਣਗੇ, ਜਿਹੜੇ ਵੱਡੇ ਨਿਸ਼ਾਨ ਸਾਹਿਬ ਆ ਅਸੀਂ ਚਾਹੁੰਦੇ ਹਾਂ ਕਿ ਲੈਸਟਰ ਦੀਆਂ ਸਿੱਖ ਸੰਗਤਾਂ ਜਿੱਥੇ 50-60 ਸਾਲ ਤੋਂ ਇਹ ਗੁਰਦੁਆਰਾ ਸਾਹਿਬ ਜਿਹੜਾ ਇਹ ਹੋਂਦ ਵਿੱਚ ਆਇਆ ਸੀਗਾ 1961 ਤੋਂ ਲੈ ਕੇ, ਅਤੇ ਅਸੀਂ ਨਹੀਂ ਚਾਹੁੰਦੇ ਕਿ ਇਹ ਨਿਸ਼ਾਨ ਸਾਹਿਬ ਦੀਆਂ ਸੇਵਾਵਾਂ ਅਸੀਂ ਇਕੱਲੇ ਕਰੀਏ। ਜਦੋਂ ਮਾਹੌਲ ਜਿਹੜੇ ਆਮ ਵਰਗਾ ਹੋ ਜਾਵੇਗਾ ਉਦੋਂ ਸਮੁੱਚੀਆਂ ਸੰਗਤਾਂ ਦੇ ਨਾਲ ਆਪਾਂ ਰਲ ਮਿਲ ਕੇ ਨਿਸ਼ਾਨ ਸਾਹਿਬ ਦੀ ਸੇਵਾ ਕਰਾਂਗੇ। ਸੋ ਇਹ ਬੇਨਤੀ ਹੈ ਕਿ ਪਲੀਜ਼ ਤੁਸੀਂ ਘਰ ਬੈਠ ਕੇ ਹੀ ਲਾਹ ਲਓ, ਗੁਰਬਾਣੀ ਸਰਵਣ ਕਰੋ, ਐਕਸਰਸਾਈਜ਼ ਜ਼ਰੂਰ ਕਰੋ,
ਇਸ ਕਿਉਂਕਿ ਘਰ ਬੈਠਿਆਂ ਵੀ ਕਈ ਵਾਰੀ ਬਿਮਾਰੀਆਂ ਲੱਗਣ ਦਾ ਖਦਸ਼ਾ ਹੁੰਦਾ, ਐਕਸਰਸਾਈਜ਼ ਜ਼ਰੂਰ ਕਰੋ। ਸੋ ਸਾਡੇ ਵੱਲੋਂ ਤਾਂ ਇਹੀ ਬੇਨਤੀਆਂ ਹਨ। ਇਸੇ ਤਰ੍ਹਾਂ ਇੰਗਲੈਂਡ ਦੇ ਪਗੜੀਧਾਰੀ ਸਿੱਖ MP ਤਨਮਨਜੀਤ ਸਿੰਘ ਢੇਸੀ ਨੇ ਵੀ ਸਿੱਖ ਸੰਗਤਾਂ ਨੂੰ ਖਾਲਸੇ ਦੇ ਸਾਜਨਾ ਦਿਵਸ ਦੀ ਵਧਾਈ ਦਿੰਦਿਆਂ ਘਰਾਂ ਅੰਦਰ ਰਹਿ ਕੇ ਸਰਕਾਰ ਅਤੇ ਸਿਹਤ ਵਿਭਾਗ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਵਿਸਾਖੀ ਦਾ ਦਿਹਾੜਾ ਮਨਾਉਣ ਦੀ ਅਪੀਲ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭਨਾਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਪੇਸ਼ ਕਰਦਾ ਹਾਂ। ਪ੍ਰਗਟਿਆ ਮਰਦ ਅਗੰਬੜਾ, ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਇਹ ਉਹ ਦਿਹਾੜਾ ਆ ਜਦੋਂ ਦਸਮੇਸ਼ ਪਿਤਾ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਾਂ ਨੂੰ ਖਾਲਸਾ ਇਸ ਦੁਨੀਆਂ ਨੂੰ ਬਖਸ਼ਿਆ ਸੀਗਾ। ਉਹ ਖਾਲਸੇ ਦਾ ਸਾਜਨਾ ਦਿਵਸ ਆਪਾਂ ਮਨਾਉਂਦੇ ਹਾਂ ਅਤੇ ਨਾਲ ਦੀ ਨਾਲ ਗੁਰੂ ਸਾਹਿਬ ਨੇ ਇਹ ਵੀ ਸੰਦੇਸ਼ ਦੇ ਦਿੱਤਾ ਸੀਗਾ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਹੋ ਕਰੋ ਨਿਵਾਸ। ਸੋ ਆਪਾਂ ਇਸ ਦਿਨ ਜੋ ਪੰਜ ਪਿਆਰਿਆਂ ਦੇ ਪਿਆਰ ਅਤੇ ਦ੍ਰਿੜਤਾ ਨੂੰ ਵੀ ਆਪਾਂ ਚੇਤੇ ਕਰਦੇ ਹਾਂ ਅਤੇ ਉਹਨਾਂ ਦੇ ਜਿਹੜੇ ਚੱਲੇ ਹੋਏ ਮਾਰਗ 'ਤੇ ਆਪਾਂ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਇਸ ਦੇ ਨਾਲ ਨਾਲ ਮੈਨੂੰ ਪਤਾ ਇਹ ਉਹ ਦਿਹਾੜਾ ਹੁੰਦਾ ਹੈ ਜਦੋਂ ਆਪਾਂ ਗੁਰਦੁਆਰੇ ਦੇ ਦਰਸ਼ਨ ਕਰਦੇ ਹਾਂ ਅਤੇ ਇਸ ਦੇ ਨਾਲ ਨਾਲ ਨਗਰ ਕੀਰਤਨਾਂ ਦੇ ਵਿੱਚ ਵੀ ਆਪਾਂ ਹਿੱਸਾ ਲੈਂਦੇ ਹਾਂ। ਪਰ ਇਸ ਸਾਲ ਮਾਹੌਲ ਹੀ ਕੁਝ ਇਹੋ ਜਿਹਾ ਹੈ ਕਿ ਨਾ ਹੀ ਆਪਾਂ ਗੁਰੂ ਘਰ ਜਾ ਪਾਉਂਗੇ ਅਤੇ ਨਾ ਹੀ ਨਗਰ ਕੀਰਤਨਾਂ ਦੇ ਵਿੱਚ ਹਿੱਸਾ ਲੈ ਪਾਉਂਗੇ। ਪਰ ਇਸ ਦੇ ਬਾਵਜੂਦ ਮੈਂ ਆਸ ਕਰਦਾ ਹਾਂ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ, ਆਪਣੇ ਪਰਿਵਾਰਾਂ ਦੇ ਨਾਲ ਉਸ ਨਿੱਘ ਦੇ ਵਿੱਚ ਤੁਸੀਂ ਵਿਸਾਖੀ ਦਾ ਆਨੰਦ ਮਾਣੋਗੇ ਅਤੇ ਗੁਰੂ ਸਾਹਿਬ ਦੇ ਉਸ ਸੰਦੇਸ਼ ਨੂੰ ਆਪਾਂ ਸਭ ਚੇਤੇ ਕਰੋਂਗੇ। ਅੱਜ ਸਿੱਖ ਕੌਮ ਦੇ ਚੌਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਖਾਲਸੇ ਦਾ ਸਾਜਨਾ ਦਿਵਸ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਸਾਦੇ ਢੰਗ ਨਾਲ ਮਨਾਇਆ ਗਿਆ। ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਭੋਗ ਪਾਉਣ ਉਪਰੰਤ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਜਨ ਸਿੰਘ ਨੇ ਸਿੱਖ ਸੰਗਤਾਂ ਨੂੰ ਘਰ ਬੈਠ ਕੇ ਨਾਮ ਜਪਣਾ ਅਤੇ ਤਖ਼ਤ ਸਾਹਿਬ ਤੋਂ ਹੋ ਰਹੇ ਲਾਈਵ ਕਥਾ ਕੀਰਤਨ ਅਤੇ ਲਾਈਵ ਪ੍ਰਸਾਰਣ ਦੀ ਸਰਵਣ ਕਰਨ ਦੀ ਅਪੀਲ ਕੀਤੀ। ਇਸ ਮੌਕੇ ਤੇ ਸਮਾਗਮ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਮੌਜੂਦ ਰਹੇ। ਖਾਲਸਾ ਸਾਜਨਾ ਦਿਵਸ ਦੀਆਂ ਸਮੂਹ ਦੇਸ਼ ਵਿਦੇਸ਼ ਦੇ ਵਿੱਚ ਵਸਦੀਆਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਪਾਵਨ ਪੁਰਬ ਦੀਆਂ। ਸਿੱਖਾਂ ਦਾ ਇਹ ਮਾਨ ਮੱਤਾ ਸ਼ਾਨ ਮੱਤਾ ਪੁਰਬ ਹੈ ਔਰ ਦੁਨੀਆ ਭਰ ਦੇ ਵਿੱਚ ਸਿੱਖ ਇਸ ਪੁਰਬ ਨੂੰ ਬੜੀ ਸ਼ਰਧਾ, ਉਲਾਸ ਅਤੇ ਉਮੰਗ ਦੇ ਨਾਲ ਮਨਾਉਂਦੇ ਆ। ਪਰ ਇਸ ਵਾਰ ਕਿਉਂਕਿ ਕੋਰੋਨਾ ਰੂਪੀ ਮਹਾਂਮਾਰੀ ਜਿਹੜੀ ਹੈ ਸੰਸਾਰ ਭਰ ਦੇ ਵਿੱਚ ਫੈਲੀ ਹੋਈ ਹੈ, ਉਹਦੇ ਕਾਰਨ ਵੱਡੇ ਇਕੱਠ ਜਿਹੜੇ ਆ ਗੁਰਦੁਆਰਾ ਸਾਹਿਬਾਨ ਦੇ ਵਿੱਚ ਸੰਭਵ ਨਹੀਂ ਹੋ ਪਾ ਰਹੇ। ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਜਿੱਥੇ ਹਰ ਸਾਲ ਖਾਲਸਾ ਸਾਜਨਾ ਦਿਵਸ ਦੇ ਮੌਕੇ ਦੇ ਉੱਤੇ 10 ਤੋਂ 15 ਲੱਖ ਦੇ ਕਰੀਬ ਸਿੱਖ ਸੰਗਤ ਦਾ ਇਕੱਠ ਹੁੰਦਾ ਸੀ, ਲੇਕਿਨ ਅੱਜ ਇਸ ਭਿਅੰਕਰ ਮਹਾਂਮਾਰੀ ਕਾਰਨ ਵੱਡਾ ਇਕੱਠ ਭਾਵੇਂ ਨਹੀਂ ਹੋ ਪਾਇਆ, ਲੇਕਿਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਨੇ। ਪੰਜਾਬ ਸਰਕਾਰ ਦੇ IGPC ਦੀ ਅਪੀਲ ਦੇ ਬਾਅਦ ਫਰੀਦਕੋਟ ਵਿੱਚ ਵਿਸਾਖੀ ਦਾ ਪੁਰਬ ਬਹੁਤ ਹੀ ਸਾਦੇ ਢੰਗ ਨਾਲ ਗੁਰਦੁਆਰਾ ਖਾਲਸਾ ਦੀਵਾਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪਰਮਬੰਸ ਸਿੰਘ ਬੰਟੀ ਰਮਾਣਾ ਦੀ ਅਗਵਾਈ ਵਿੱਚ ਮਨਾਇਆ ਗਿਆ। ਸਭ ਤੋਂ ਪਹਿਲਾਂ ਤਾਂ ਮੈਂ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਨੂੰ, ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਵਿਸਾਖੀ ਦੀ ਅਤੇ ਖਾਲਸਾ ਪੰਥ ਦੇ ਸਿਰਜਣਾ ਦਿਵਸ ਦੀ ਲੱਖ ਲੱਖ ਵਧਾਈ ਦਿੰਦਾ। ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਜਿਸ ਔਖੀ ਘੜੀ 'ਚੋਂ ਸਾਰੀ ਦੁਨੀਆ ਲੰਘ ਰਹੀ ਹੈ, ਜਿਸ ਔਖੀ ਘੜੀ 'ਚੋਂ ਸਮੁੱਚੀ ਮਾਨਵਤਾ ਲੰਘ ਰਹੀ ਹੈ, ਉਹਨਾਂ 'ਤੇ ਮਿਹਰ ਭਰਿਆ ਹੱਥ ਰੱਖਣ, ਬਖਸ਼ਿਸ਼ ਕਰਨ, ਹਿੰਮਤ ਹੌਂਸਲਾ ਦੇਣ ਕਿ ਇਹ ਸਮਾਂ ਵੀ ਟਪਾ ਸਕੀਏ ਅਤੇ ਇੱਕ ਦੂਜੇ ਦੇ ਜਿਹੜੇ ਲੋੜਵੰਦ ਹੈ ਉਹਨਾਂ ਦੇ ਸਾਰੇ ਜਾਣੇ ਕੰਮ ਆ ਸਕੀਏ।